ਇਹ ਮੈਂ ਕਹਿੰਦਾ ਰਿਕਾਰਡ ਆ ਲੈਂਦੇ ਤੇ ਚੜ੍ਹਦੇ ਪੰਜਾਬ ਦਾ ਤੁਹਾਡੀ 100 ਸਾਲ ਦੀ ਉਮਰ ਚ ਮੈਂ ਕੋਈ ਗੋਡੀ ਕਰਦਾ ਨੀ ਵੇਖਿਆ ਹਾਂ ਬਾਬਾ ਵਿਚਾਰਾ ਜੇ ਕੋਈ ਹੈ ਵੀ ਹੈ ਨਾ ਉਹ ਤੁਰਨੋ ਜਾਵਾ ਯਾਰ ਜਾਂ ਬੰਜੀ ਤੇ ਬੈਠਾ ਪਹਿਲੇ ਬਾਬੇ ਆ ਜਿਹੜੇ ਤੁਸੀਂ ਗੋਡੀ ਕਰਨ ਦੇ 100 ਸਾਲ ਦੀ ਉਮਰ ਬੜੇ ਸ਼ੌਕ ਨਾਲ ਕਰਦਾ ਮੈਂ ਗੋਡੀ ਆ ਬੜੀ ਗੱਲ ਬਾਬਾ ਜੀ ਬੰਦੇ ਲੋਕੇ ਨੇ ਕਿਸੇ ਨੇ ਕਹੇ ਨੇ ਇਹ ਤੇ ਕਹਿੰਦੇ ਛੱਡਦੇ ਕੰਮ ਛੱਡਦੇ ਆਪਣੇ ਸ਼ੌਕ ਨਾਲ ਕਰਦਾ ਮੈਂ ਕਿ ਰਾਤ ਦਰਦ ਨਹੀਂ ਹੁੰਦਾ ਗੋਡਿਆਂ ਵਾਲਾ ਜਦੋਂ ਇੰਨੀ ਗੋਡੀ ਕਰਨੀ 100 ਸਾਲ ਦੀ ਉਮਰ ਚ ਮੇਰਾ ਕੋਈ ਗੋਡਾ ਨਹੀਂ ਦੁਖਦਾ ਕੋਈ ਚੀਜ਼ ਨਹੀਂ ਦੁਖਦੀ ਕੋਈ ਲੱਕ ਨਹੀਂ ਦੁਖਦਾ ਅਠਵੰਜਾ ਸਾਲ ਬੜੀ ਗੱਲ ਆ ਜੀ ਇਸ ਉਮਰ ਦੇ ਵਿੱਚ ਮਾਸ਼ਾਅੱਲਾ ਵੇਲਾ ਬਜ਼ੁਰਗ ਗੋਡੀ ਵੀ ਕਰ ਰਹੇ ਨਲਕਾ ਗੇੜ ਕੇ ਨਹਾ ਰਹੇ ਆ ਇਹ ਬੜੀ ਇਹ ਜਿਹੜੀ ਸਿਹਤ ਬੜੀ ਗੱਲ ਆ ਕਿਉਂ ਜੀ ਤੁਸੀਂ ਕੀ ਕਹਿੰਦੇ ਇਸ ਬਾਰੇ ਦੱਸਦਾ ਜੀ ਸਿਹਤ ਤੋਂ ਅੱਛੀ ਕਿਹੜੀ ਚੀਜ਼ ਆ ਕਿ ਬੰਦਾ ਕਰਦਾ ਮਹਤਾਜ ਨਹੀਂ ਹੁੰਦਾ ਸਹੀ ਬਾਤ ਆਪਣੇ ਕੰਮ ਸਾਰੇ ਆਪ ਕਰਦਾ ਕੰਮ ਕਰਨ ਦੇ ਨਾਲ ਨਾਲ ਅੱਲਾ ਤਾਲਾ ਦੀ ਬਾਰਿਸ਼ ਵੀ ਕਰ ਲੈ ਸਹੀ ਸਹੀ ਸ਼ਾਦੀਆਂ ਹੁੰਦੀਆਂ ਸੀਗੀਆਂ ਰਾਤ ਨੂੰ ਜੰਨ ਜਾਂਦੀ ਸੀਗੀ ਅੱਛਾ ਗੱਡਿਆਂ ਤੇ ਜਾਣੀ ਲਾਗੇ ਤੁੰਗੇ ਕੋਈ ਨਹੀਂ ਸੀ ਹੁੰਦੇ ਅੱਛਾ ਲੋਟਿਆਂ ਦੇ ਵਿੱਚ ਉਹਨਾਂ ਨੇ ਨਾ ਸ਼ੱਕਰ ਵੀ ਨਹੀਂ ਸੀ ਗੁੜ ਦੇਗ ਦੇ ਵਿੱਚ ਸੱਟ ਕੇ ਤੇ ਡੰਡਾ ਫੇਰਨਾ ਉਹ ਬਣਾਉਣਾ ਪਾਣੀ ਅੱਛਾ ਮਿੱਟੀ ਦੇ ਪਿਆਲੇ ਹੁੰਦੇ ਸੀ ਮਿੱਟੀ ਦੀਆਂ ਸਾਣਕਾਂ ਮਿੱਟੀ ਦੇ ਲੋਟੇ ਉਹ ਫਿਰ ਲੋਟੇ ਭਰ ਭਰ ਕੇ ਨਾ ਤੇ ਉਹ ਦੇਣੇ ਉਹ ਪਾਣੀ ਪੀਣਾ ਫਿਰ ਬੀਜ ਬਰਫ ਨਹੀਂ ਸੀ ਉਦੋਂ ਹੁੰਦੀ ਕੋਰੇ ਘੜੇ ਹੁੰਦੇ ਸੀਗੇ ਉਹਨਾਂ ਚ ਪਾਣੀ ਠੰਡਾ ਕਰਦੇ ਸੀਗੇ ਦੀਪ ਸਿੰਘ ਮੁੜ ਕੇ ਆਇਆ ਬਾਬਾ ਵੀ ਮੁੜ ਕੇ ਆਇਆ ਇੱਕ ਪ੍ਰੀਤਮ ਸਿੰਘ ਸੀਗਾ ਉਹ ਵਪਾਰ ਕਰਦਾ ਹੁੰਦਾ ਕਪਾਹਾਂ ਦਾ ਉਹ ਵੀ ਬਾਅਦ ਵਿੱਚ ਆਇਆ ਸੀ ਨਨਕਾਣੇ ਦੇ ਮੇਲੇ ਆਉਂਦੇ ਸੀ ਇੱਥੇ ਆਉਂਦੇ ਸੀਗੇ ਉਦੋਂ ਆ ਜਾਂਦੇ ਸੀ ਦੇਖਣ ਉਦੋਂ ਮਿਲ ਕੇ ਜਾਂਦੇ ਸੀਗੇ ਪੁਰਾਣੀ ਗੱਲ ਹੁੰਦੀ ਸੀ ਆਨਾ ਹੁੰਦਾ ਸੀ ਆਨਾ 16 ਆਨਿਆਂ ਦਾ 1 ਰੁਪਇਆ ਹੁੰਦਾ ਸੀਗਾ ਅੱਛਾ 1 ਆਨੇ ਦੇ 4 ਪੈਸੇ ਹੁੰਦੇ ਸੀਗੇ 1 ਪੈਸੇ ਦੇ 2 ਧੇਲੇ ਹੁੰਦੇ ਸੀਗੇ ਅੱਛਾ 1 ਧੇਲੇ ਦੀਆਂ 2 ਦਮੜੀਆਂ ਹੁੰਦੀਆਂ ਸੀਗੀਆਂ ਅੱਛਾ ਦਮੜੀ ਦਾ ਮਿਸ਼ਰੀ ਲੈ ਕੇ ਅਸੀਂ ਪਾਣੀ ਪੀ ਲੈਂਦੇ ਸੀ ਰੱਬ ਕੇ ਵਾਹ 1 ਦਮੜੀ ਦਾ ਪਾਣੀ ਮਿਸ਼ਰੀ ਲੈ ਕੇ ਤੇ ਪੀ ਲੈਂਦੇ ਉਦੋਂ ਮਿਸ਼ਰੀ ਹੁੰਦੀ ਸੀਗੀ ਖੰਡ ਬਾਅਦ ਵਿੱਚ ਆਈ ਹੈ ਆ ਜਿਹੜੇ ਸਾਡੇ ਪਿੰਡ ਸੀ ਨਾ ਨੇੜੇ ਤੇ ਇਹ ਰਾਵੀ ਨਗਾ ਕੇ ਆਏ ਆ ਮੁਸਲਮਾਨ ਨਾਲ ਨਗਾ ਕੇ ਆਏ ਇਹਨਾਂ ਨੇ ਬਾਹਰ ਹਿੰਦੁਸਤਾਨ ਇੰਨਾ ਸਲੂਕ ਸੀਗਾ ਬਾਅਦ ਵਿੱਚ ਉਹਨਾਂ ਦੀਆਂ ਚਿੱਠੀਆਂ ਆਉਂਦੀਆਂ ਰਹੀਆਂ ਇੱਥੇ ਅਸੀਂ ਫਲਾਣੇ ਪਿੰਡ ਵਿੱਚ ਬਹਿ ਗਏ ਆ ਜ਼ਮੀਨ ਮਿਲ ਗਈ ਆ ਸਾਨੂੰ ਬਾਬਾ ਜੀ ਰੋ ਪਏ ਗੱਲ ਕਰਕੇ ਹੈ ਤੇਲ ਮਿੱਟੀ ਦਾ ਪਾਉਂਦਾ ਸੀ ਬੰਦਾ ਮੁਸਤਕਿਲ ਰੱਖਿਆ ਹੁੰਦਾ ਸੀਗਾ ਅੱਛਾ ਉਹ ਰਾਤ ਗੈਸ ਦਾ ਲਾਲਟਣਾ ਹੁੰਦਾ ਸੀ ਮਿੱਟੀ ਦੇ ਦੀਵੇ ਹੋਣੇ ਸਰੋਂ ਦਾ ਤੇਲ ਪਾ ਕੇ ਵਿੱਚ ਬੱਤੀ ਲਾਈ ਹੋਣੀ ਕੱਪੜੇ ਵੀ ਰੂਹ ਦੀ ਬਣਾ ਕੇ ਉਹਦੇ ਨਾਲ ਅਸੀਂ ਪੜ੍ਹਦੇ ਰਹੇ ਹਾਂ ਦੀਵੇ ਦੀ ਲੇਰ ਲਾਟ ਦਾ
ਦਿਹਾੜੇ ਚ 10 ਮਰਲੇ ਵੀ ਕਰ ਲੈਂਦਾ, 5 ਮਰਲੇ ਵੀ ਕਰ ਲੈਂਦਾ। ਮੌਸਮ ਦੇ ਲਿਹਾਜ਼ ਦੇ ਨਾਲ ਸਰ ਠੰਡਾ ਹੋਵੇ ਤਾਂ ਜ਼ਿਆਦਾ ਕਰ ਲਈਦਾ, ਗਰਮੀ ਹੋਵੇ ਤਾਂ ਥੋੜਾ ਕਰ ਲਈਦਾ। ਸਹੀ ਸਹੀ ਸਹੀ। ਥੱਕਦੇ ਨਹੀਂ? ਗੋਡੀ ਕਰਦਾ ਨੀ, ਥੱਕਦਾ ਤੁਰ ਨਹੀਂ ਹੁੰਦਾ।